कौमा पिछे कुर्बानियां हुंदियां ने जिस कौमा दे मर्द दलेर हुंदे टीमा उस बेरी नूं वजदियां ने जिस बेरी दे मिठड़े बेर हुंदे पुत शेरनी दा हुंदा इक जाया ओ लाए बिल्लियां ने भी बड़े ढेर हुंदे कौन पुछदा कावां दे गिदड़ां नूं बंद पिंजरां दे विच ही शेर हुंदे तेरी बीजेपी ते सारी आरएसएस नूं ललकारने आ जे तेरे च हिम्मत है इधरों खनौरी बार्डर उधरों शंभू बार्डर जड़ा भी बार्डर तू दस फुट सन अगे टप के विखा दे असी देश छड़ जाएंगे वहम ना रखी बार्डर विच कोई धरती पुट के तो पानी कढ़िया धरती पुट के तेरा ढिड भरिया तू नमक हराम हो चुका है गदार हो चुका है भारत का पर तेनू भारत कदी बख्शेगा नहीं आज तक आए अज भी कहते पे ने मैं सुन रहा पता नहीं कितों कोई किराए से लिया के बंदा भी एक कानून साढ़े हक के ने भाई जी कोई गल नहीं जिन्हों हक के जिहड़ी स्टेट कहती उन्होंने तुसी दे दो सानू कोई आपत्ति नहीं हैगी इन्होंने पंजाब के उत्ते लाया जां पंजाबियों के उत्ते लाया भी नशेड़ी ने मारो जाती इत्थे आले दुआले घुमाओ मेरा कैमरा किहड़ा नशेड़ी है असीं नशेड़ी हाँ जो अंग्रेज लोग आते होंगे उन्होंने किसी मान लो स्टेट से जाना होंगे उन्होंने मतलब स्टडी करते इन्हें पतंत्र ने बिना स्टडी करने तो पंजाबियों हाथ पा लिया जी किसानों ਵੀਰ ਜੀ ਕੀ ਮੈਸੇਜ ਆ ਉੱਪਰ ਫੋਟੋ ਵੀ ਬੜੀ ਖਰਾਬ ਜੀ ਕਰਤੀ ਤੁਸੀਂ ਕੀ ਹੋਇਆ ਇਹਨੂੰ ਅਕਾਲਖ ਜੀ ਬਾਈ ਜੀ ਇਹ ਆਪਣੇ ਭਾਰਤ ਦੇਸ਼ ਦੇ ਦੋ ਗਦਾਰ ਨੇ ਜੀ ਇਹਨਾਂ ਨੇ ਸਾਡੀ ਕਿਸਾਨੀ ਖੋਲੀ ਸਾਡੇ ਜ਼ਿਮੀਦਾਰ ਨੂੰ ਬੇਘਰ ਕਰ ਦਿੱਤਾ ਹੁਣ ਅਸੀਂ ਇੱਥੇ ਆਏ ਹਾਂ ਅਸੀਂ ਇੱਥੇ ਘਰ ਸਾਨੂੰ ਪਲਾਟ ਮਿਲਿਆ ਹੈ ਸਾਡੀ ਜਥੇਬੰਦੀ ਨੇ ਲਿਖਿਆ ਇਹ ਅਸੀਂ ਇੱਥੇ ਨੀਹਾਂ ਭਰ ਚੁੱਕੇ ਹਾਂ ਇਹਨਾਂ ਦੀਆਂ ਜੀ ਆਹ ਦੇਖੋ ਤੁਸੀਂ ਨਕਸ਼ਾ ਬਣ ਚੁੱਕਾ ਹੈ ਨਕਸ਼ਾ ਬਣ ਚੁੱਕਾ ਹੈ ਬਣਾਈਆਂ ਹੋਇਆ ਵੇਖੋ ਜੀ ਵੇਖੋ ਇਹ ਜਗ੍ਹਾ ਬਣਾ ਲਈ ਤੁਸੀਂ ਹਾਂ ਹਾਂ ਜੀ ਭਾਈ ਇਹ ਇੱਕ ਨਕਸ਼ਾ ਤੇ ਸਾਨੂੰ ਮਿਸਤਰੀ ਦੀ ਲੋੜ ਹੈ ਜੀ ਮਿਸਤਰੀ ਸੁਣਿਆ ਵੀ ਪੀਸ਼ ਗੋਇਲ ਨੇ ਰੇਲਵੇ ਤਕਮਾ ਵੇਚ ਦਿੱਤਾ ਜੀ ਉਹ ਹੁਣ ਵਿਹਲਾ ਹੋ ਚੁੱਕਾ ਹੈ ਤੇ ਇਸ ਕਰਕੇ ਸਾਨੂੰ ਲੋੜ ਹੈ ਵੀ ਅਸੀਂ ਉਹਨੂੰ ਮਜ਼ਦੂਰੀ ਦੇਣਾ ਚਾਹੁੰਦੇ ਆ ਜੀ ਹਾਂਜੀ ਹਾਂਜੀ ਬਿਲਕੁਲ ਵੇਖੋ ਪੰਜਾਬ ਤੋਂ ਲੈ ਕੇ ਤੁਰ ਪਏ ਆ ਤੁਸੀਂ ਫਿਰ ਹੈ ਹਾਂ ਬਿਲਕੁਲ ਜੀ ਵੇਖੋ ਨੀਆ ਭਰ ਚੁੱਕੇ ਆ ਆ ਸਾਡੇ ਵੀਰ ਭਰਾ ਨੇ ਸਾਰੇ ਅਸੀਂ ਪਲਾਟ ਕੱਟੇ ਹੋਏ ਨੇ ਛੋਟੇ ਛੋਟੇ ਜੀ ਲੋੜ ਦਿਖਾ ਲਓ ਜੇ ਇੱਥੇ ਲੋੜ ਹੈਗੀ ਹੈ ਠੇਕੇਦਾਰ ਦੀ ਲੋੜ ਹਾਂਜੀ ਮੈਂ ਇੱਕ ਮਿੰਟ ਅੱਗੇ ਆ ਕੇ ਤੁਹਾਨੂੰ ਦਿਖਾ ਦੇਣਾ ਇਹ ਇੱਕ ਮਿੰਟ ਬਜ਼ੁਰਗੋ ਫੜਿਓ ਮੜੇ ਆ ਦੇਖੋ ਜੀ ਇੱਥੇ ਅਸੀਂ ਸਬਜ਼ੀ ਲਾਣੀ ਹੈ ਆ ਇਹ ਸਾਡੀ ਸਬਜ਼ੀ ਵਾਲੀ ਹੈ ਜੀ ਕਿਉਂਕਿ ਇਦਾਂ ਨੇ ਅਸੀਂ ਲੋਕ ਮਿਹਨਤ ਮਸ਼ਕਤ ਵਾਲੇ ਲੋਕ ਆ ਅਸੀਂ ਹੱਡ ਰਾਮ ਦੀ ਨਹੀਂ ਖਾਂਦੇ ਅਸੀਂ ਡੇਲੀ ਪੁੱਟ ਕੇ ਡੇਲੀ ਖਾਣ ਵਾਲਿਆ ਧਨੀਆ ਲਾਵਾਂਗੇ ਇੱਥੇ ਜੋਜਾ ਲਾਵਾਂਗੇ ਉਹ ਚੀਜ਼ਾਂ ਪੁੱਟ ਕੇ ਹੀ ਖਾਵਾਂਗੇ ਇਹ ਸਾਡਾ ਉਸ ਤੋਂ ਬਾਅਦ ਗੈਸਟ ਰੂਮ ਆ ਗਿਆ ਅੱਛਾ ਜੀ ਇਹ ਗੈਸਟ ਰੂਮ ਆ ਗਿਆ ਮੈਂ ਤੁਹਾਨੂੰ ਦੱਸਣਾ ਜੀ ਤੇ ਉਸ ਤੋਂ ਬਾਅਦ ਕਿ ਇਹ ਟਾਇਲਟ ਆ ਗਿਆ ਜੀ ਪਿੱਛੇ ਇਹ ਟਾਇਲਟ ਆ ਡਰਾਇੰਗ ਰੂਮ ਆ ਗਿਆ ਜੀ ਸਾਡਾ ਤੇ ਇਹ ਉਸ ਤੋਂ ਬਾਅਦ ਲੋਬੀ ਆ ਗਈ ਤੇ ਸਾਡਾ ਵਿਹੜਾ ਆ ਗਿਆ ਜੀ ਬਿਲਕੁਲ ਕੋਈ ਗੈਸਟ ਗੁਸਟ ਆਏ ਬਣਾਉਣੇ ਪੈਂਦੇ ਜੀ ਆ ਵੇਖੋ ਸਾਰੇ ਸਿਆਏ ਬੰਨੇ ਜਿਹਨੇ ਰਹਿਣ ਲਈ ਇੰਨੀ ਕੁ ਜਗ੍ਹਾ ਤੇ ਚਾਹੀਦੀ ਹੈ ਨਾ ਸਾਨੂੰ ਤੇ ਬੈੱਡ ਲਾਣੇ ਪੈਣਗੇ ਜੀ ਸਾਨੂੰ ਕਈ ਕੁਛ ਜੀ ਤੇ ਤੁਸੀਂ ਵੀ ਤੁਹਾਡੇ ਚੈਨਲ ਦੇ ਥਰੂ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਵੇਖੋ ਤੁਸੀਂ ਵਿਹਲੇ ਹੋ ਚੁੱਕੇ ਹੋ ਵੈਸੇ ਵੀ ਹੁਣ ਤੁਹਾਡੇ ਕੋਲ ਕੰਮ ਦਾ ਕੋਈ ਹੈ ਨਹੀਂ ਹੈਗਾ ਕਿਉਂਕਿ ਭਾਰਤ ਦੇ ਲੋਕਾਂ ਨੇ ਤੁਹਾਨੂੰ ਬਖਸ਼ਣਾ ਨਹੀਂ ਗਦਾਰਾਂ ਨੂੰ ਜੀ ਕੋਈ ਨਹੀਂ ਬਖਸ਼ਦਾ ਇਹਨਾਂ ਨੂੰ ਕਿਸੇ ਨੇ ਨਹੀਂ ਬਖਸ਼ਣਾ ਹੈਗਾ ਹੁਣ ਇਹਨਾਂ ਨੂੰ ਕੰਮ ਦੀ ਲੋੜ ਤਾਂ ਪੈਣੀ ਜੀ ਘਰ ਕਿਵੇਂ ਚਲਾਣਗੇ ਰੋਟੀ ਪਾਣੀ ਕਿਵੇਂ ਖਾਣਗੇ ਇਹ ਸਾਡਾ ਬੜੱਪਣ ਹੈ ਭਾਰਤ ਦੇ ਦੇਸ਼ ਦੇ ਵਾਸੀਆਂ ਦਾ ਪੰਜਾਬੀਆਂ ਦਾ ਬੜੱਪਣ ਹੀ ਕਿ ਅਸੀਂ ਤੁਹਾਨੂੰ ਕੰਮ ਦੇਣੇ ਪਏ ਆ ਤੁਸੀਂ ਸਾਡਾ ਸਾਹ ਨਹੀਂ ਤਾਰ ਸਕਦੇ ਬਾਕੀ ਜੀ ਤੁਹਾਨੂੰ ਜੇ ਨਕਸ਼ਾ ਚੰਗਾ ਲੱਗਾ ਨਕਸ਼ਾ ਤਿਆਰ ਹੈ ਸਾਰਾ ਕੁਝ ਜੀ ਤੁਹਾਡਾ ਜੀ ਸੁਨੇਹਾ ਚੱਲ ਗਿਆ ਜੀ ਸ਼ਾਇਦ ਹੋ ਸਕਦਾ ਉਹ ਵੀ ਦੇਖ ਲੈ ਕੇਂਦਰ ਸਰਕਾਰ ਵੀ ਦੇਖਦੀ ਹੋਊਗੀ ਚੈਨਲ ਨੂੰ ਕਿਉਂਕਿ ਹਰ ਇੱਕ ਚੈਨਲ ਨੂੰ ਵਾਚ ਕੀਤਾ ਜਾਂਦਾ ਵੇਖਿਆ ਜਾਂਦਾ ਵਾ ਭਾਵੇਂ ਸੋਸ਼ਲ ਮੀਡੀਆ ਤੇ ਆ ਭਾਵੇਂ ਉਦਾਂ ਹਰ ਇੱਕ ਨੂੰ ਦੇਖਿਆ ਜਾਂਦਾ ਵਾ ਸ਼ਾਇਦ ਤੁਹਾਡਾ ਮੈਸੇਜ ਚੱਲ ਗਿਆ ਹੋਰ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਹੋਰ ਇਤੀ ਆਰਡੀਨੈਂਸ ਵਾਪਸ ਹੋ ਜਾਂਦੇ ਫਿਰ ਜਗ੍ਹਾ ਦੇ ਦੋਗੇ ਇਹਨਾਂ ਨੂੰ ਕਿ ਰੱਖ ਲਓ ਆਪਣੀ ਵੇਖੋ ਜੀ ਅਸੀਂ ਪੰਜਾਬੀ ਆ ਜੀ ਵਾਪਸ ਕਰ ਲੈਣਾ ਚੰਗੀ ਗੱਲ ਹੈ ਪਰ ਕਰਨ ਤੋਂ ਬਾਅਦ ਵੀ ਅਸੀਂ ਮਹੀਨਾ ਨਹੀਂ ਜਾਣਾ ਸਾਡਾ ਜੀ ਲੱਗ ਗਿਆ ਇੱਥੇ ਬਦਾਮ ਨੂੰ ਬਹੁਤ ਮਿਲਦੇ ਆ ਨਾ ਮੈਂ ਕਹਿੰਦਾ ਜੀ ਲਹਿਰਾ ਬਾਬੇ ਨਾਨਕ ਦੀ ਕਿਰਪਾ ਹੋਈ ਪਈ ਹੈ ਸਾਡਾ ਲੱਗ ਗਿਆ ਜੀ ਇੱਥੇ ਇਹਨਾਂ ਨੂੰ ਪਤਾ ਨਹੀਂ ਸਾਡੀ ਮਤਲਬ ਪੰਜਾਬੀਆਂ ਬਾਰੇ ਮੇਰੇ ਖਿਆਲ 'ਚ ਇਹ ਜਾਣਦੇ ਨਹੀਂ ਸਾਡਾ ਇਤਿਹਾਸ ਪੜ ਲੈਣੀ ਇਹ ਮੈਂ ਕਹਿੰਦਾ ਇਤਿਹਾਸ ਇੱਕ ਵਾਰੀ ਸਾਡਾ ਪੜਨ ਜੀ ਇਹ ਤੇ ਘੋੜੇ ਦੇ ਕਾਠੀਆਂ ਤੇ ਰਹਿ ਕੇ ਤੇ ਭੁੱਖੇ ਰਹਿ ਕੇ ਗੁਜ਼ਾਰਾ ਕਰਦੇ ਇੱਥੇ ਗੁਰੂ ਸਾਹਿਬ ਦੀ ਕਿਰਪਾ ਵਾ ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਲਾਇਆ ਸੀ ਤੇ ਇਸ ਟਾਈਮ ਦੇ ਉੱਤੇ 36 ਪ੍ਰਕਾਰ ਦੇ ਪਦਾਰਥਾਂ ਦੀ ਗੱਲ ਕਰਦੇ ਆ ਇੱਥੇ ਕਈ 36 ਪ੍ਰਕਾਰ ਦੇ ਪਦਾਰਥ ਆ ਰਹੇ ਬਿਲਕੁਲ ਜੀ ਬਿਲਕੁਲ ਵੇਖੋ ਸੀ ਪੱਤੇ ਖਾ ਕੇ ਗੁਜ਼ਾਰਾ ਕਰਨ ਵਾਲੀ ਜਿਆਦਾ ਜੰਗਲਾਂ 'ਚ ਰਹਿਣ ਵਾਲੀ ਇੱਥੇ ਤਾਂ ਸਾਨੂੰ ਬਦਾਮ ਮਿਲੀ ਜਾਂਦੇ ਨੇ ਜੀ ਸਵੇਰੇ ਉੱਠਦੇ ਸਾਨੂੰ ਮੈਂ ਨਾ ਜੀ ਸਵੇਰੇ 6 ਵਜੇ ਉੱਠਿਆ 5 ਵਜੇ ਉੱਠਿਆ 5:15 ਵਜੇ ਤੱਕ ਮੈਂ 3 ਵਾਰੀ ਚਾਹ ਤੇ 4 ਪਿੰਨੀਆਂ ਖਾ ਚੁੱਕਿਆ ਸੀ ਇੱਕ ਘਿਓ ਦੀ ਇੱਕ ਕਲਸੀ ਦੀ 2-3 ਹੋਰ ਤੇ ਉਦੋਂ ਮੇਰੇ ਸਾਥੀ ਕਹਿੰਦੇ ਵੀ ਲੰਗਰ ਮੈਂ ਕਿਹਾ ਵੀ ਮੈਂ ਤੁਹਾਨੂੰ ਦੱਸਣਾ ਜੀ ਮੈਂ 4 ਪਿੰਨੀਆਂ ਖਾ ਚੁੱਕਾ ਹਾਂ 15 ਮਿੰਟ ਦੇ ਵਿੱਚ ਬਾਬੇ ਨਾਨਕ ਦੀ ਕਿਰਪਾ ਹੋਈ ਪਈ ਹੈ ਜੀ ਇਹਨੂੰ ਇਹਨੇ ਤਾਂ ਜੀ ਪੰਗਾ ਮੁੱਲ ਲੈ ਲਿਆ ਸਾਡੇ ਨਾਲ ਪੰਗਾ ਲੈ ਕੇ ਅੱਛਾ ਪਿੰਨੀਆਂ ਪੁੰਨੀਆਂ ਭੇਜ ਦਿਓ ਸ਼ਾਇਦ ਉਹਦੇ ਨਾਲ ਮੰਨ ਜੇ ਹੁਣ ਇਦਾਂ ਸੀ ਨਾ ਜਦੋਂ ਅੰਗਰੇਜ਼ ਲੋਕ ਆਉਂਦੇ ਹੁੰਦੇ ਸੀ ਉਹਨਾਂ ਨੇ ਕਿਸੇ ਮੰਨ ਲਓ ਸਟੇਟ 'ਚ ਜਾਣਾ ਹੁੰਦਾ ਸੀ ਉਹਨੂੰ ਮਤਲਬ ਸਟੱਡੀ ਕਰਦੇ ਸੀ ਇਹਨੇ ਪਤੰਦਰ ਨੇ ਬਿਨਾਂ ਸਟੱਡੀ ਕਰਨ ਤੋਂ ਪੰਜਾਬੀਆਂ ਨੂੰ ਹੱਥ ਪਾ ਲਿਆ ਜੀ ਕਿਸਾਨਾਂ ਨੂੰ ਪੜਿਆ ਲਿਖਿਆ ਜ਼ਿਆਦਾ ਵਾ ਨਾ ਸ਼ਾਇਦ ਸਟੱਡੀ ਤਾਂ ਨਹੀਂ ਹੋਈ ਕਿ ਹੋਰ ਕਈ ਕੰਮ ਹੁੰਦੇ ਬਾਹਰ ਅੰਦਰ ਵੀ ਜਾਣਾ ਪੈਂਦਾ ਉਹਨਾਂ ਨੂੰ
अगर ना जी तुहाडे मैं चैनल के थ्रू कहना चाहुंदा वां अगर इहदे मन दे विच वहम होए ना जी इहनूं कह तू अपनी डिग्रियां लैया सी अपनी लै आउंदा जी करदे वी मन की बात ही है ना उहने मन की बात च दस देना कि मेरे को कीड़ी डिग्री है तुहाडे तक ते आउणी नहीं तुहाडे वांगू सामने ते आउणा ही नहीं उत्थों मन की बात होणी है डिग्री सामने आ जाणी है कुछ चैनल उहनां ते प्रसारित हो जाणे इहनां नूं लिख के मैटर दे देंदे ने इह बोल देंदे ने इंग्लिश दे विच स्वाह तां जनता दी अदालत च आउण तुहाडा चैनल है चैनल ते बुला लो तुसीं मेरे नाल कराउण दी वार्तालाप मैं तो वहम कढ़ना वा जिहड़ी भाषा च चाहुंदा इंग्लिश च चाहुंदा पंजाबी च चाहुंदा हिंदी च चाहुंदा चॉइस यूज तेरी मर्जी योग करना है जिस मर्जी भाषा दे विच पंजाब दे किसान ओ नहीं है हिंदी सुतरना अंग्रेजी ओदे को सुतरनी होनी नहीं नहीं वेखो पंजाब दे किसान ओ नहीं हैगे असी वैल एजुकेटेड आ किसी मन दे विच वहम ना रखी तेरे तो असी इत्थे जिन्ने भी वीर भरा मेरे आए ने तेरे तो सारी ज्यादा पढ़े लिखे ने तू तो अनपढ़ है पर माड़ी किस्मत साडी तू सानू लीड करना पे ये साडा बदकिस्मती है जी ये सानू लीड करते पे ने इन्होंने रेल महकमा वेचता जी खेती वेचती जी इन्होंने मैं कहना जी हवाई जहाज वेचते हुण मैं किसानों वेचन लगे से जी डकार नहीं ना वजाओ कहिंदा सब को वेच के डकार मारना वेखो जी जो मर्जी करदा पर इन्होंने जिहड़ा उहनूं किसानां दा पंगा ले लिया ना जी असीं इन्हां नूं इन्हां दे घरों भी कढ के आउणा है तू एक गल तेन मैं दसना चाहना वा मोदी साहब जे तू ये रद्द भी करते ना असी महीना फिर भी नहीं जाना साडा जी लग गया मैं दबार तो कहना पा वा आ पंजाबी खलोते ने सारे साडा जी लग गया सानू बदाम मिल साडा ना जी लग गया जी जदों वेखो असी नानके गया महीना नहीं मुड़दे किसी रिश्तेदार जदों जी उत्थे नहीं मिलदे इत्थों असी किवें छड्ड के जावांगे जी वाला माहौल जिहा बणिया इत्थे तां वैसे 2-4 महीने लग गए इहदा साडे सहुरे वाला घर बण गया सानूं तां ऐ लगदा वी जिवें असी सहुरी आए हुंने आ उधर ना गुस्से हो जाणे कहिंदे दूजे कह देणे इधर जमा ही नहीं कोई नहीं कहिंदा सारे साडे नाल जिन्ने किसान आ साडे नाल खड़े आ सारे इन्हां ए प्रधानमंत्री है साडी स्टेट दा प्रधानमंत्री है इहनू छोटी ते कुछ ही रात नहीं राजनीति नहीं करनी चाहीदी इहनू वर्ल्ड देखदा पिया साडे भारत देश दा ए अनपढ़ अंगूठा छाप मंत्री साडा माहौल खराब करदा पिया एक यार सी इहनां दा ट्रंप ते उह तां पछाण हट गया पता नहीं की चक्कर होया जी उहदे वी भांडे मांजदे अमेरिका जाके मैं उत्थे जाके आया इहदा की होऊ फिर इहदा की होणा इहने उही करतूतां आपदे वालियां सिखाउंदा सी इहदा ना जी वेखो अगे तो बाबे नानक नूं पता बाकी मेरे वीर भरा सारे किसान बैठे हुए ने पर जिहड़ी इहदे नाल पंजाबियों ने करनी है ना जी जिहड़े इहदे नाल किसानां ने करनी है वह तो मैं कहना जी तुसीं वेखना जां वर्ल्ड ने वेखना है मैं हैरानगी दिखा ला जी असीं अन्नदाता सानूं खिताब मिले जी अन्नदाते दा जदों तू सवेरे उठना है शाम नूं सौण तक तू पैसे नहीं खांदा तू अंबानियां दा सोना नहीं खांदा तू अंबानियां दा तेल नहीं पींदा तू साडे दित्ता होया अन्न खाना है चौल असीं पैदा करने आ हल्दी असीं पैदा करने आ रोटी असीं पैदा करने आ हर एक चीज़ असीं पैदा करने आ किसे दा खा के नमक हराम नहीं करीदा हुंदा एक होर गल जी इन्हां ने पंजाब दे उत्ते लाया जां पंजाबियों दे उत्ते लाया भी नशेड़ी ने मारो जाती इत्थे आले दुआले घुमाओ मेरा कैमरा किहड़ा नशेड़ी है असीं नशेड़ी आ ਭੁਲੇਖਾ ਸੀ ਇਹਨਾਂ ਨੂੰ ਭੁਲੇਖਾ ਸੀ ਤੁਹਾਨੂੰ ਕਿ 2-2 ਇੰਚ ਦੀਆਂ ਸਿਰੰਜਾਂ ਜਿਹੜੀਆਂ ਵਾ ਪੰਜਾਬ ਨੂੰ ਨਸ਼ੇੜੀ ਬਣਾ ਦੇਣਗੀਆਂ ਨਹੀਂ ਚੱਲਣੀਆਂ ਤੁਹਾਡੀਆਂ ਜਦੋਂ ਜਵਾਨੀ ਉੱਠਦੀ ਆ ਫਿਰ ਵਹਿਣ ਮੋੜ ਦਿੰਦੀ ਆ ਦਰਿਆਵਾਂ ਦੇ ਉਹ ਸੱਚਕਾਰ ਵਿਖਾ ਲਿਆ ਸੀ 26 ਤਰੀਕ ਨੂੰ 25 ਤਰੀਕ ਨੂੰ ਕਾਫਲੇ ਚੱਲੇ ਸੀ ਨਾ ਤੇ ਵੱਡੇ ਵੱਡੇ ਪੱਥਰ ਸੀ ਵੱਡੇ ਵੱਡੇ ਪੱਥਰ ਜਿਹੜੇ ਤੁਸੀਂ ਅੱਗੇ ਕੀਤੇ ਸੀ ਉਹ ਇਹਨਾਂ ਨੇ ਪਿੱਛੇ ਕਰ ਦਿੱਤੇ ਸੀ ਕੰਡਿਆਲੀ ਤਾਰ ਪਿੱਛੇ ਕਰ ਦਿੱਤੀ ਸੀ ਤੇ ਸੋਨੀਪਤ ਦੀ ਗੱਲ ਕਰੀਏ ਜਾਂ ਆਪਾਂ ਸ਼ੰਭੂ ਬਾਰਡਰ ਦੀ ਗੱਲ ਕਰਦੇ ਹਾਂ ਸਾਰੀਆਂ ਤੁਸੀਂ ਤਸਵੀਰਾਂ ਕਾਲ ਚੈਨਲ ਦੇ ਮਾਧਿਅਮ ਦੇਖਿਆ ਸੀ ਕੋਈ ਵੀ ਚੀਜ਼ ਟਿਕੀ ਨਹੀਂ ਸੀ ਅੱਗੇ ਜਦੋਂ ਸਾਡੀ ਜਵਾਨੀ ਉੱਠਦੀ ਆ ਕ੍ਰਾਂਤੀ ਆਉਂਦੀ ਆ ਪੰਜਾਬ ਨੇ ਲੀਡ ਕੀਤੀ ਆ ਹਰਿਆਣਾ ਨਾਲ ਤੁਰ ਪਿਆ ਹੁਣ ਤੇ ਪੂਰਾ ਭਾਰਤ ਇੱਥੇ ਨਾਲ ਰਾਜੀ ਕਹਿੰਦੇ ਨਹੀਂ ਜੀ ਕੋਮਾ ਪਿੱਛੇ ਕੁਰਬਾਨੀਆਂ ਹੁੰਦੀਆਂ ਨੇ ਜਿਸ ਕੋਮਾ ਦੇ ਮਰਦ ਦਲੇਰ ਹੁੰਦੇ ਕੋਮਾ ਪਿੱਛੇ ਕੁਰਬਾਨੀਆਂ ਹੁੰਦੀਆਂ ਨੇ ਜਿਸ ਕੋਮਾ ਦੇ ਮਰਦ ਦਲੇਰ ਹੁੰਦੇ ਢੀਮਾ ਉਸ ਬੇਰੀ ਨੂੰ ਵੱਜਦੀਆਂ ਨੇ ਜਿਸ ਬੇਰੀ ਦੇ ਮਿੱਠੜੇ ਬੇਰ ਹੁੰਦੇ ਪੁੱਤ ਸ਼ੇਰਨੀ ਦਾ ਹੁੰਦਾ ਇੱਕ ਜਾਇਆ ਉਹ ਲਾਏ ਬਿੱਲੀਆਂ ਨੇ ਵੀ ਬੜੇ ਢੇਰ ਹੁੰਦੇ ਕੌਣ ਪੁੱਛਦਾ ਕਾਵਾਂ ਦੇ ਗਿੱਦੜਾਂ ਨੂੰ ਬੰਦ ਪਿੰਜਰਿਆਂ ਦੇ ਵਿੱਚ ਹੀ ਸ਼ੇਰ ਹੁੰਦੇ ਤੇਰੀ ਬੀਜੇਪੀ ਤੇ ਸਾਰੀ ਆਰਐਸਐਸ ਨੂੰ ਲਲਕਾਰਨੇ ਆ ਜੇ ਤੇਰੇ 'ਚ ਹਿੰਮਤ ਏ ਇਧਰੋਂ ਖਨੌਰੀ ਬਾਰਡਰ ਉਧਰੋਂ ਸ਼ੰਭੂ ਬਾਰਡਰ ਜਿਹੜਾ ਵੀ ਬਾਰਡਰ ਤੂੰ 10 ਫੁੱਟ ਸਾਨੂੰ ਅੱਗੇ ਟੱਪ ਕੇ ਵਿਖਾ ਦੇ ਅਸੀਂ ਦੇਸ਼ ਛੱਡ ਜਾਵਾਂਗੇ ਵਹਿਮ ਨਾ ਰੱਖੀ ਬਾਰਡਰ ਦੇ ਵਿੱਚ ਕੋਈ ਠੀਕ ਹੈ ਜੀ ਅਸੀਂ ਕਿਸਾਨ ਆ ਕਿਸਾਨ ਦੇ ਪੁੱਤਰ ਆ ਅਸੀਂ ਧਰਤੀ ਪੁੱਟ ਕੇ ਤੋਂ ਪਾਣੀ ਕੱਢਿਆ ਧਰਤੀ ਪੁੱਟ ਕੇ ਤੇਰਾ ਢਿੱਡ ਭਰਿਆ ਤੂੰ ਨਮਕ ਹਰਾਮ ਹੋ ਚੁੱਕਾ ਹੈ ਗਦਾਰ ਹੋ ਚੁੱਕਾ ਭਾਰਤ ਦਾ ਪਰ ਤੈਨੂੰ ਭਾਰਤ ਕਦੀ ਬਖਸ਼ੇਗਾ ਨਹੀਂ ਮੈਂ ਇੰਨੇ ਕੋ ਬੈਰੀਕੇਡਿੰਗ ਬੜੀ ਕੀਤੀ ਫਿਰ ਫੌਜ ਬੜੀ ਲਾਤੀ ਇਹਨਾਂ ਨੇ ਉੜਦਾਂਗੇ ਜੀ ਇਹ ਕੀ ਅੜਦੀ ਹੈ ਜੀ ਕੀ ਅੜਦੀ ਹੈ ਸਾਡੇ ਕੇ ਕਮੈਂਟ ਦਾ ਕੰਮ ਆ ਉਹ 1 ਮਿੰਟ ਦਾ ਕੰਮ ਆ ਐਡੇ ਜੋਧਿਆਂ ਦੇ ਪੰਜਾਬੀ ਕਾਮਯਾਬ ਰਹੇ ਨੇ ਸਾਰੇ ਬੰਦੇ ਮੰਨ ਗਏ ਵੀ ਕੁਰਬਾਨੀਆਂ ਦੇ ਵਿੱਚ ਵੀ ਪਹਿਲਾਂ ਪੰਜਾਬੀ ਸੀ ਮੂਰੇ ਕਿਉਂਕਿ ਨੌਜਵਾਨੀ ਉੱਠੀ ਆ ਮੈਨੂੰ ਲੱਗਦੀ ਉਹਦੀ ਗੱਲ ਸੁਣ ਸਾਹਿਬ ਨੂੰ ਮੈਂ ਕਹਿਣਾ ਚਾਹਣਾ ਕਿ ਬਰਾਤ ਬੂਹੇ ਤੇ ਆਈ ਹੋਈ ਹੈ ਬਰਾਤ ਜਿੰਨੇ ਜ਼ਿਆਦਾ ਚਿਰ ਖੜੀ ਰਹੂਗੀ ਨਾ ਤਾਂ ਖਰਚਾ ਵਧਣਾ ਆ
जरा छेती छेती तोड़ दे तो वधिया रहेंगे, क्यों पहला जो असी पंजाब च बैठे सी उदो साढ़े कुछ रवैया ढिले भी असी थोड़ा तो मन जाए, पर हूँ साढ़ा एक कम वध रहा। फोटो को खराब जी की चक्कर है जी काली है ही इसे लायक दे है जी, ये इसे लायक दा ही ता काली कीती आ ता ही ता ही मुंह काला कीता इसे लायक दा है। ਤੁਸੀਂ ਕਾਨੂੰਨ ਦੇ ਘਾੜੇ ਹੋ, ਤੁਸੀਂ ਕਾਨੂੰਨ ਘੜਦੇ ਹੋ, ਆਪਾਂ ਗੱਲਾਂ ਬਾਤਾਂ ਵੀਰਾਂ ਕਰਦੇ ਰਵਾਂਗੇ ਲਗਾਤਾਰ। ਕਾਨੂੰਨ ਦਾ ਘਾੜਾ ਜਦੋਂ ਮਾੜਾ ਹੋਊਗਾ ਤੇ ਲੋਕ ਜਿਹੜੇ ਤੁਹਾਨੂੰ ਰਾਜੇ ਬਣਾਉਂਦੇ ਆ ਨਕਾਰ ਵੀ ਦੇਣਗੇ, ਕਿਉਂਕਿ ਪੰਜ ਕੁ ਸਾਲ ਮਿਲਦੇ ਆ, ਪੰਜ ਸਾਲ ਅਰਸ਼ ਤੋਂ ਫਰਸ਼ ਤੇ ਡਿੱਗਦਾ ਟਾਈਮ ਨਹੀਂ ਲੱਗਦਾ। ਬਾਬੇ ਨਾਨਕ ਵੇਲੇ ਵੀ ਜਬਰ ਹੋਇਆ ਸੀ, ਉਹਨਾਂ ਬਾਬਰ ਨੂੰ ਜਾਬਰ ਕਿਹਾ ਸੀ। ਇਸ ਟਾਈਮ ਲੋਕ ਬਾਬੇ ਨਾਨਕ ਦੀ ਧਰਤੀ ਉੱਠ ਕੇ ਚੱਲੇ ਹੈਗੇ ਆ, ਅੰਸ਼ ਵੰਸ਼ ਕਹਿੰਦੇ ਆ ਉਹਨਾਂ ਦੀ ਅਸੀਂ, ਅਤੇ ਇਹ ਵੀ ਤੁਹਾਨੂੰ ਜਾਬਰ ਕਹਿ ਰਿਹਾ। ਕਹਿਣਾ ਕਿਉਂ ਪਿਆ, ਕਿਉਂਕਿ ਪੰਜ ਸਾਲ ਦਿੱਤੇ ਸੀ ਤੁਹਾਨੂੰ, ਮੌਕਾ ਇੱਕ ਵਾਰੀ ਫਿਰ ਦਿੱਤਾ, 10 ਸਾਲ ਦਿੱਤੇ ਸੀ ਕਿ ਆਓ ਕੁਛ ਚੰਗਾ ਕਰਕੇ ਦਿਖਾਓ, ਪਰ ਸ਼ਾਇਦ ਤੁਹਾਡੇ ਕੋਲ ਗਲਤੀਆਂ ਹੋਈਆਂ, ਉਹਨਾਂ ਗਲਤੀਆਂ ਦਾ ਖਮਿਆਜ਼ਾ ਭੁਗਤਣਾ ਪਿਆ, ਸ਼ਾਇਦ ਦੇ ਕਾਲ ਖਲਾਉਣ ਦਾ ਇਹੋ ਹੀ ਤਰੀਕਾ ਤੁਹਾਨੂੰ ਇਹਨਾਂ ਲੱਭਣਾ ਪਿਆ। ਦੇਖੋ ਜੀ, ਮੇਰਾ ਨਾਮ ਨਰਪਿੰਦਰ ਸਿੰਘ, ਮੇਰਾ ਨਾਮ ਨਰਪਿੰਦਰ ਸਿੰਘ ਜੀ, ਪਿੰਡ ਸਰੌਦ, ਤਹਿਸੀਲ ਮਰੇਕੋਲਾ, ਡਿਸਟ੍ਰਿਕਟ ਸੰਗਰੂਰ। ਦੇਖੋ ਜੀ, ਮੇਨ ਗੱਲ ਇਹ ਆ, ਜਦ ਸਾਡੇ ਗੁਰੂਆਂ ਨੇ ਇਹਨਾਂ ਹਿੰਦੂਆਂ ਪਿੱਛੇ ਸੀਸ ਦਿੱਤੇ ਨੇ, ਅੱਜ ਇਹ ਸਾਡੇ ਸੀਸ ਲੈਣ ਨੂੰ ਫਿਰਦੇ ਆ, ਇਹ ਆਪਦੇ ਦਿਮਾਗ ਦੇ ਵਿੱਚ ਇਹ ਭੁਲੇਖਾ ਕੱਢ ਦਿੰਦੇ ਦੀ ਫਿਤਰਤ ਆ ਜੀ, ਕਿਉਂਕਿ ਬਾਬੇ ਗੁਰੂ ਤੇਗ ਬਹਾਦਰ ਦੀ ਗੱਲ ਕਰਦੇ ਹਾਂ, ਬਾਬੇ ਨਾਨਕ ਦੀ ਗੱਲ ਕਰਦੇ ਹਾਂ, ਉਹਨਾਂ ਚੰਗੇ ਕਦਮਾਂ ਵੱਲ ਤੋਰਿਆ ਸੀ ਅਤੇ ਸਾਡੀ ਕੌਮ ਚੰਗੇ ਕਦਮ ਪੁੱਟ ਰਹੀ ਆ, ਸਮਤ ਬਖਸ਼ ਇਹਨਾਂ ਨੂੰ ਵੀ, ਆਉਣ ਵਾਲਾ ਸਮਾਂ ਇਹਨਾਂ ਵਾਸਤੇ ਵੀ ਮਾੜਾ ਹੀ ਹੋਊਗਾ ਜੇ ਅੱਜ ਇਹ ਕਾਨੂੰਨ ਸੁਧਾਰ ਕਰਦੇ, ਠੀਕ ਆ, ਨਹੀਂ ਤਾਂ ਅੰਨਦਾਤਾ ਜੇ ਦਾਤਾ ਦਾਤਾ ਦਿੰਦਾ ਵਾ ਅਤੇ ਅੰਨਦਾਤਾ ਵੀ ਸਾਡੇ ਢਿੱਡ ਭਰਦਾ ਵਾ, ਜੇ ਉਹਦਾ ਢਿੱਡ ਅਸੀਂ ਖਾਲੀ ਕਰਾਂਗੇ ਅਤੇ ਉਹਦੀ ਬਦਦੁਆ ਲੱਗੀ ਤਾਂ ਬਦਦੁਆ ਹੀ ਲੱਗੀ, ਵੇਖ ਲਓ ਚਾਰ ਚਫੇਰੇ ਹੀ ਕੋਸ ਰਹੇ ਆ। ਕਦੀ ਇੱਦਾਂ ਹੋਇਆ ਕਿ ਲੱਖਾਂ ਕਰੋੜਾਂ ਦੁਨੀਆ ਜਿਹੜੀ ਬੈਠੀ ਹੋਵੇ ਉਹ ਆਪਣੇ ਹੀ ਪ੍ਰਧਾਨ ਮੰਤਰੀ ਨੂੰ ਗਾਲਾਂ ਕੱਢਦੀ, ਫਿਰ ਇਹ ਵਰਲਡ ਰਿਕਾਰਡ ਬਣਿਆ। ਹਾਂਜੀ, ਦੇਖੋ ਜੀ, ਪਹਿਲੀ ਗੱਲ ਤਾਂ ਇਹ ਆ, ਪੰਜਾਬ ਤਾਂ ਬਹੁਤ ਦੂਰ ਦੀ ਗੱਲ ਆ, ਸਾਡੇ ਤੋਂ ਦਿੱਲੀ ਛਡਾ ਲੇ, ਸਵਾਦ ਤਾਂ ਵੇਰਾ ਦਿੱਲੀ ਛਡਾ ਲੇ, ਸੋ ਨਿਹਾਲ ਸਤਿਆ ਕਾਲ। ਦੇਖੋ ਜੀ, ਆ ਦੇਖੋ, ਇੱਕ ਨੂੰ ਮੈਂ ਦਿਖਾਉਣਾ ਚਾਹਨਾ, ਗੱਭਰੂ ਵੇਖੋ ਇਹਨੂੰ, ਕਹ ਤੂੰ ਬੀਜੇਪੀ ਆ, ਕੋਈ ਵੀ ਕੱਢ ਲੈ ਯਾਰ, ਤੂੰ ਕਿੱਥੇ ਯਾਰ, ਉਹ ਯਾਰ ਤੂੰ ਮਰ ਜਾਣਾ, ਸਾਡੇ ਤੋਂ ਕੋਈ ਫਾਇਦਾ ਨਹੀਂ ਹੈਗਾ ਯਾਰ। ਅਸੀਂ ਤਾਂ ਇਹ ਗੱਲ ਕਹਿੰਦੇ ਹਾਂ, ਸਾਡੇ ਨੌਜਵਾਨੀ ਨੂੰ ਇਹ ਨਸ਼ੇ ਵਾਲੀ ਦੱਸਦੇ ਆ, ਠੀਕ ਆ, ਮੈਂ ਕਹਿੰਦਾ 10 ਕਰਮਾਂ ਇੱਕ ਕਰਮ ਅੱਗੇ ਆ ਜਾਣਾ ਨਾ, ਅਸੀਂ ਇਹ ਸਮਝ ਲਾ ਅਸੀਂ ਜੰਮੇ ਹੀ ਨਹੀਂ ਹੈਗੇ, ਇਹ ਸਮਝ ਕੇ ਆਏ ਹਾਂ ਘਰੋਂ, ਇਹ ਸੋਚ ਕੇ ਆਏ ਹਾਂ। ਔਰ ਨੰਬਰ ਇਹ ਗੱਲ ਆ, ਹਜੇ ਤਾਂ ਅਸੀਂ ਪਰਿਵਾਰ ਦੇ ਵਿੱਚੋਂ ਇੱਕ ਇੱਕ ਮੈਂਬਰ ਇੱਥੇ ਆਏ ਹਾਂ, ਇੱਕ ਇੱਕ ਮੈਂਬਰ, ਉਹ ਹਜੇ ਤਾਂ ਸਾਡੇ 10-10 ਮੈਂਬਰ ਘਰੇ ਬੈਠੇ ਨੇ, ਬਿਲਕੁਲ ਉਹ ਜੇ ਉੱਧਰ ਜਿੱਦਣੇ ਉਹ ਆ ਗਏ ਹੈ ਨਾ, ਇਹ ਜਿਹੜੇ ਆਹ ਭਾਸ਼ਣ ਭੂਸ਼ਣ ਕਰਦਾ ਫਿਰਦਾ ਬਹੁਤ ਵੱਡੀ ਗੱਲ ਹੈ ਇਹਦੇ ਵਾਸਤੇ, ਸਹੀ ਆ। ਪਰ ਸਵਾਦ ਤਾਂ ਇਹ ਆ, ਇੱਕ ਵਾਰ ਇੱਥੇ ਆ ਕੇ ਖੜ ਕੇ ਇੱਕ ਵਾਰ ਇਹ ਗੱਲ ਕਹਿ ਦੇ ਵੀ ਆਹ ਖੜਿਆ ਤੁਸੀਂ ਜੋ ਮੈਂ ਨਹੀਂ ਕਰਦਾ, ਇੱਕ ਵਾਰ ਚੈਲੇਂਜ ਕਰ ਦੇ, ਉਦੋਂ ਬਾਅਦ ਸਾਡੀ ਜਵਾਨੀ ਅਸੀਂ ਦਿਖਾਵਾਂਗੇ ਅਸੀਂ ਨਸ਼ੇ ਵਾਲੇ ਆ ਜਾਂ ਅਸੀਂ ਵਿਦਾਊਟ ਨਸ਼ੇ ਵਾਲੇ। ਹੋਰ ਹੈ ਜੀ, ਇਹਨਾਂ ਨੇ ਵੇਖੋ ਇਹ ਕਹਿੰਦੇ ਸੀ ਵੀ ਪੰਜਾਬੀ ਨਸ਼ੇੜੀ ਨੇ, ਉਹਦਾ ਕਾਰਨ ਹੈ ਜੀ, ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਨੇ ਜਿਹੜੀਆਂ ਸਾਡੇ ਸਿਰਾਂ 'ਤੇ ਪੱਗਾਂ ਨੇ, ਸਾਡੇ ਬਜ਼ੁਰਗਾਂ ਦੀਆਂ ਲੱਕ ਦੀਆਂ ਬਣਦੇ ਨੇ, ਧੋਤੀਆਂ ਬਣਦੇ ਨੇ, ਇਹ ਸਾਡਾ ਕਲਚਰ ਕਰਨ ਨੂੰ, ਸਾਡੀ ਹੋਂਦ ਖਤਮ ਕਰਨ ਨੂੰ ਲੱਗੇ ਹੋਏ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਪਰ ਇਹਨਾਂ ਤੋਂ ਹੋਈ ਨਹੀਂ ਜੀ। ਇਹਨਾਂ ਨੇ ਪੰਜਾਬ ਦੇ ਵਿੱਚ ਜਾਂ ਜੋ ਵੀ ਸਾਡੇ ਪਰਸੈਂਟੇਜ ਥੋੜ੍ਹੀ ਹੈ, ਛੇਤੀ ਖਤਮ ਕਰ ਦਾਂਗੇ। ਵੇਖੋ ਜੀ, ਇਹਨਾਂ ਨੂੰ ਜਿਹੜਾ ਇੱਥੇ ਪ੍ਰੋਟੈਸਟ ਹੋ ਰਿਹਾ, ਅੱਜ ਤੱਕ ਦਾ ਹੀ ਸਾਰਿਆਂ ਤੋਂ ਇੱਦੂ ਵਧੀਆ ਪ੍ਰੋਟੈਸਟ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਨਾ, ਹੀ ਰਿਲਾਇੰਸ ਦੇ ਮੌਲ ਨੇ, ਮੌਲਾਂ ਦੇ ਵਿੱਚ ਕਦੀ ਸ਼ਟਰ ਸ਼ੂਟਰ ਨਹੀਂ ਹੁੰਦੇ ਕੁਛ, ਈਵਨ ਕਿ ਕਦੀ ਕਿਤੇ ਬਾਂਟਾ ਵੀ ਨਹੀਂ ਟੁੱਟਿਆ, ਇਦੋਂ ਵਧੀਆ। ਵੇਖੋ, ਅਸੀਂ ਲੋਕਤੰਤਰ ਦੇ ਵਿੱਚ ਰਹਿੰਦੇ ਹਾਂ, ਸਾਡਾ ਅਧਿਕਾਰ ਹੈ, ਅਸੀਂ ਸ਼ਾਂਤੀਮਈ ਢੰਗ ਨਾਲ ਆਪਣਾ ਪ੍ਰੋਟੈਸਟ ਕਰ ਸਕਦੇ ਹਾਂ, ਅਸੀਂ ਰੋਸ ਮੁਜ਼ਾਹਰਾ ਕਰ ਸਕਦੇ ਹਾਂ। ਦਿੱਲੀ 'ਚ ਸਾਨੂੰ 15 ਦਿਨ ਹੋ ਗਏ ਬੈਠਣ ਨੂੰ, ਕੋਈ ਆਲੇ ਦੁਆਲੇ ਤਾਂ ਕਹੇ ਵੀ ਸਾਡੇ ਕਰਕੇ ਕੋਈ ਨੁਕਸਾਨ ਹੋਇਆ, ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਜੀ। ਜਿਹੜਾ ਇੱਥੇ ਦਿੱਲੀ 'ਚ ਨੇ ਜਾਂ ਹਰਿਆਣੇ 'ਚ ਨੇ, ਅਸੀਂ ਜੋ ਕੁੜੀਆਂ ਨੇ ਸੀ ਉਹਨਾਂ ਨੂੰ ਭੈਣਾਂ ਸਮਝਿਆ, ਬਜ਼ੁਰਗਾਂ ਨੂੰ ਆਪਣੀ ਮਾਤਾ ਸਮਝਿਆ, ਜੋ ਹੈਲਪ ਹੈ ਅਗਰ ਉਹਨਾਂ ਨੂੰ ਇੱਥੇ ਅਸੀਂ ਬੈਰੀਕੇਡ ਕੀਤੇ, ਉਹਨੂੰ ਲੰਘਣ, ਅਸੀਂ ਉਹਨੂੰ ਲੰਘਣ ਦਾ ਵੀ ਰਸਤਾ ਬਣਾ ਕੇ ਦਿੰਦੇ ਹਾਂ, ਉਹਨਾਂ ਨੂੰ ਦਿੱਕਤ ਨਹੀਂ ਅਸੀਂ ਆਉਣ ਦਿੰਦੇ, ਕਿਉਂਕਿ ਸਾਡੇ ਖੂਨ ਦੇ ਵਿੱਚ ਨਹੀਂ, ਸਾਡੇ ਫਿਤਰਤ ਨੇ, ਸਾਡੇ ਗੁਰੂਆਂ ਨੇ ਸਾਨੂੰ ਇਹ ਨਹੀਂ ਸਿਖਾਇਆ ਜੀ। ਇੱਕ ਹੋਰ ਮੈਂ ਗੱਲ ਕਹਿਣਾ ਚਾਹੁੰਦਾ ਵਾਂ, ਭਰਾਵੋ, ਪੂਰਾ ਭਾਰਤ, ਪੂਰਾ ਵਰਲਡ ਦੇਖਦਾ ਪਿਆ, ਚੰਗੇ ਚੈਨਲ ਸੁਣਿਆ ਕਰੋ, ਇਹ ਅਕਾਲ ਚੈਨਲ ਸੁਣਿਆ ਕਰੋ, ਗੋਦੀ ਮੀਡੀਆ ਨਾ ਸੁਣਿਆ ਕਰੋ, ਆਜ ਤੱਕ ਵਾਲੇ ਅੱਜ ਵੀ ਕਹਿੰਦੇ ਪਏ ਨੇ, ਮੈਂ ਸੁਣ ਰਿਹਾ ਸੀ ਪਤਾ ਨਹੀਂ ਕਿਤੋਂ ਕੋਈ ਕਿਰਾਏ 'ਤੇ ਲਿਆ ਕੇ ਬੰਦਾ ਵੀ ਇਹ ਕਾਨੂੰਨ ਸਾਡੇ ਹੱਕ ਦੇ ਵਿੱਚ ਨੇ, ਬਾਈ ਜੀ ਕੋਈ ਗੱਲ ਨਹੀਂ, ਜਿਹਨੂੰ ਹੱਕ ਦੇ ਵਿੱਚ ਜਿਹੜੀ ਸਟੇਟ ਕਹਿੰਦੀ ਉਹਨੂੰ ਤੁਸੀਂ ਦੇ ਦਿਓ,
सानू कोई आपत्ति नहीं हैगी, पर सानू ये नुकसानदायक ने, ये असी लागू नहीं होने देने, असी इतों मर के जावांगे पर ये कानून लागू नहीं होणगे। पर भाई जी इदां दे चैनल सुनिया करो जिहड़े लोगों की आवाज करते हैं, लोगों की गल करते हैं, आम लोगों की गल करते हैं। इदा के वीर आने अगे बहुत जरूरी ने, वड्डे वेखो वड्डा कोई घरों नहीं बन के आता, वो आप ही बनाने, इन्हों भी आप ही बनाना वड्डा। अकाल चैनल बहुत वधिया चैनल है, बहुत वधिया, बहुत टाइम तो लोगों की सेवा करता पाया जी।